ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਪਿੰਡ ਡੇਅਰੀ ਫਾਰਮ ਵਿੱਚ। ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਭੀਲੋਵਾਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਜੀ। ਇਸ ਘਰ 'ਚੋਂ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਜੀ, ਅੱਜ ਫਿਰ ਪਹੁੰਚੇ ਹਾਂ। ਅਤੇ ਵੀਰ ਜੀ ਹੋਣਾਂ ਨੇ ਇੱਕ ਤਾਜ਼ੀ ਸੂਈ, ਇੱਕ ਗੱਬਣ ਅਤੇ ਇੱਕ ਤੋਕੜ ਵੈੜ ਸੇਲ ਕਰਨੀ ਆ, ਅਤੇ ਜਾਇਜ਼ ਹੀ ਮੁੱਲ ਆ ਵੀਰ ਦੇ। ਅਤੇ ਵੀਰ ਨੇ ਦੁੱਧ ਵੀ ਚੰਗਾ ਦੱਸਿਆ ਇਹਨਾਂ ਦਾ, ਤਾਂ ਡਿਟੇਲ ਪੂਰੀ ਲਵਾਂਗੇ, ਨੰਬਰ ਵੀ ਲਵਾਂਗੇ, ਐਡਰੈਸ ਵੀ ਲਵਾਂਗੇ ਜੀ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਵਧੀਆ ਵਧੀਆ ਜੀ। ਠੀਕ ਠਾਕ ਆ ਜੀ? ਹਾਂਜੀ ਹਾਂਜੀ। ਕਿੰਨੇ ਪਸ਼ੂ ਸੇਲ ਕਰਨੇ ਜੀ ਅੱਜ? ਵੀਰ ਜੀ ਆਪਾਂ 3 ਕਰਨੇ ਪਸ਼ੂ। ਠੀਕ ਆ, ਬਹੁਤ ਚਿਰ ਬਾਅਦ ਵੀਡੀਓ ਬਣਵਾਈ ਆ। ਹਾਂਜੀ ਹਾਂਜੀ ਵੀਰ ਜੀ। ਠੀਕ ਆ, ਤੇ ਕਿੱਦਾਂ ਵਪਾਰ ਚੱਲੀ ਜਾਂਦਾ? ਵਧੀਆ। ਹਾਂਜੀ ਹਾਂਜੀ ਵੀਰ ਜੀ, ਵਧੀਆ ਚੱਲੀ। ਠੀਕ ਆ, ਤੇ ਅੱਜ ਕਿੱਦਾਂ ਹਿਸਾਬ ਤਾ ਵੇ, ਕਿੰਨੀਆਂ ਸੂਈਆਂ ਵਾ ਤੇ ਕਿੰਨੀਆਂ ਗੱਬਣਾ? ਇੱਕ ਵੀਰ ਜੀ ਸੂਈ ਆ ਤਾਜੀ। ਅੱਛਾ, ਤੇ ਇੱਕ ਗੱਬਣ ਆ ਤੇ ਇੱਕ ਤੋਕੜ ਆ। ਠੀਕ ਆ, ਮੁੱਲ ਜਾਇਜ਼ ਆ? ਹਾਂਜੀ ਹਾਂਜੀ ਵੀਰ ਜੀ, ਮੁੱਲ ਜਾਇਜ਼। ਆਪਣਾ ਐਡਰੈਸ ਬੋਲ ਦਿਓ ਵੀਰ ਜੀ। ਵੀਰ ਜੀ ਪਿੰਡ ਭੀਲੋਵਾਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ, ਤੇ ਇਹ ਆਪਣਾ ਅੰਮ੍ਰਿਤਸਰ ਰੋਡ ਤੇ ਨਾ ਖਜਾਲਾ ਪਿੰਡ ਪੁੱਛ ਕੇ 2 ਕਿਲੋਮੀਟਰ ਦੂਰ ਆ ਪਿੰਡ ਭੀਲੋਵਾਲ। ਖਜਾਲੇ ਤੋਂ 2 ਕਿਲੋਮੀਟਰ? ਠੀਕ ਆ ਜੀ, ਲਾਗੇ ਮੱਤੇ ਵਾਲੀ ਵੀ ਪੈ ਜਾਂਦਾ? ਹਾਂਜੀ ਹਾਂਜੀ, ਲਾਗੇ ਮੱਤੇ ਵਾਲੀ ਪੈ ਜਾਂਦਾ। ਠੀਕ ਹੈ ਜੀ, ਆਪਣਾ ਮੋਬਾਈਲ ਨੰਬਰ ਤੇ ਨਾਮ ਦੱਸ ਦਿਓ ਜੀ। 8871-7059। ਠੀਕ ਹੈ, ਵਟਸਐਪ ਵੀ ਇੱਥੇ ਚੱਲਦਾ? ਹਾਂਜੀ ਹਾਂਜੀ, ਵਟਸਐਪ ਵੀ ਇੱਥੇ ਚੱਲਦਾ, ਨਾਂ ਆਪਣਾ ਲੱਭਾ ਹੈ। ਠੀਕ ਹੈ, ਪਿੰਡ 'ਚ ਕੋਈ ਵੀ ਕਹਦੇ ਵੀ ਲੱਭੇ ਤੇ ਘਰ ਜਾਣਾ? ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਆ, ਕਰੀਏ ਸ਼ੁਰੂ ਵੀਡੀਓ। ਹਾਂਜੀ ਹਾਂਜੀ, ਆ ਪਹਿਲੇ ਨੰਬਰ ਤੇ ਆਪਾਂ ਵੈੜ ਦਿਖਾਉਣੀ ਹੈ ਜੀ, ਤਾਜ਼ੀ ਸੂਈ ਆ, ਆ ਦੇਖ ਸਕਦੇ ਹਾਂ। ਵੈਸੇ ਕੀ ਕਹਿੰਦੇ? ਹਾਂਜੀ ਹਾਂਜੀ ਵੀਰ ਜੀ, ਠੰਡੀ ਹੈ। ਹਾਂਜੀ ਚੰਗਾ। ਠੀਕ ਆ, ਬਾਕੀ ਠੰਡੀ ਦੀ ਰਹੀ ਆ, ਥਣ ਥਣ ਚੈੱਕ ਕਰ ਲਓ ਇਸ ਤਰ੍ਹਾਂ ਜੀ, ਥਣ ਬਹੁਤ ਸੋਹਣਾ ਲੱਗਾ, ਹਵਾਨਾ ਵੀ ਦੇ ਸਕਦੇ ਹਾਂ। ਬੱਚਾ ਕੀ ਆ ਗਿਆ ਵੀਰੇ ਇਹਦੇ ਮਗਰ? ਇਹਦੇ ਮਗਰ ਵੀਰ ਜੀ ਬੱਸਾ ਆ। ਅੱਛਾ ਅੱਛਾ, ਮਗਰ। ਠੀਕ ਹੈ ਜੀ, ਆ ਬਾਕੀ ਹੈ ਠੰਡੀ ਧੀਰੀ ਹੈ, ਆ ਵੇਖ ਲਓ ਜੀ, ਕਰੋ ਚੈੱਕ ਜੀ। ਠੀਕ ਹੈ, ਤੇ ਸੂਆ ਕਿੰਨਾ ਵੀਰ ਜੀ? ਸੂਆ ਵੀਰ ਜੀ ਤੀਜਾ ਹੋਊਗਾ ਜੀ। ਅੱਛਾ, ਤੀਜਾ ਸੂਆ। ਹਾਂਜੀ ਵੀਰ ਜੀ, 3-4 ਦਿਨ ਹੋ ਗਏ ਸੂਈ ਨੂੰ, ਹਲੇ ਬੋੜਾ ਹੀ ਆ 7-8। ਅੱਛਾ, ਬੋੜਾ 7-8 ਲੀਟਰ ਆ? ਹਾਂਜੀ ਹਾਂਜੀ। ਠੀਕ ਆ, ਤੇ ਦੁੱਧ ਕਰੂਗੀ ਕਿੰਨਾ ਕੇ? ਇਹ ਜੀ ਦੁੱਧ ਕਰ ਦੂਗੀ 13-14 ਕਿਲੋ ਕਰ ਦੂਗੀ। ਠੀਕ ਹੈ ਠੀਕ ਹੈ, ਸਹੀ ਹੈ। ਬੱਚਾ ਕੀ ਦੱਸਿਆ ਦੇ ਮਗਰ? ਬੱਚਾ ਮਗਰ ਵੱਛਾ ਹੈ। ਅੱਛਾ, ਆ ਵੱਛਾ ਜੀ ਇਹਦਾ। ਖੋਲ ਕੇ ਦਿਖਾਓ ਵੀਰ ਜੀ ਬੈਡ, ਆ ਵੇਖੋ ਜੀ, ਸਿੰਘ ਵੀ ਲੱਗਾ ਵਾ ਕਰਮ ਵਾਲੀ ਨੂੰ। ਸਿੱਧੀ ਐਨੂੰ ਤੋਰ ਦੇ ਵੀਰ, ਮਾੜੀ ਜੀ ਗਲੀ ਐਨੂੰ ਤੋਰ ਦੇ, ਆ ਵੇਖੋ। ਬਾਕੀ ਕੱਦ ਕਾਠ ਚੰਗਾ ਉੱਚਾ ਲੰਮਾ ਵਾ, ਤੇ ਇਹ ਆ ਕੇ ਥੋੜ੍ਹੀ ਤਾਜ਼ੀ ਸੂਈ ਦਾ ਕਰਕੇ ਪਿੱਸੀ ਲੱਗਣ ਡਈ ਆ। ਬਾਕੀ ਚੱਡਾ ਹਵਾਨਾ ਬਹੁਤ ਸੋਹਣਾ ਵਾ, ਥਣ ਬਹੁਤ ਸੋਹਣਾ ਲੱਗਾ ਜੀ ਇਹਨੂੰ। ਹਾਂ, ਠੰਡੀ ਧੀਰੀ ਆ, ਕੋਈ ਕੋਈ ਚੱਕਰ ਨਹੀਂ, ਆ ਵੇਖੋ ਥਣ ਬਹੁਤ ਪਿਆਰਾ ਲੱਗਾ ਜੀ। ਲੈ ਜਾਓ ਵੀਰ ਜੀ, ਬਾਕੀ ਹਾਲੇ 7-8 ਲੀਟਰ ਬੋਲਾ ਦੱਸਦੇ ਆ। ਹਾਂ ਵੇਖ ਸਕਦੇ ਹਾਂ, ਬਾਕੀ ਛੋਟੀ ਨੀਗੀ, ਕੱਦ ਕਾਠ ਵੇਖ ਲਓ ਵੀਰ ਦੇ ਬਰਾਬਰ ਹੀ ਆ ਜੀ। ਠੰਡੀ ਧੀਰੀ ਆ ਬਿਲਕੁਲ, ਆਪਾਂ ਕੋਸ਼ਿਸ਼ ਕਰੀ ਦੀ ਕਿ ਪੂਰਾ ਡੰਗਰ ਦਿਖਿਆ ਜਿੱਡਾ ਵੀ ਹੈਗਾ। ਠੀਕ, ਤੇ ਹੁਣ ਇਹਦੇ ਕੋਲ ਬੋਲਾ ਹੀ ਆ ਕਿ ਦੁੱਧ ਬਣ ਗਿਆ ਵੀਰ ਜੀ? ਵੀਰ ਜੀ ਬੋਲਾ ਹੀ ਆ, ਇੱਕ 8 ਕਿਲੋ ਵਾਲੇ। ਅੱਛਾ, 8 ਕਿਲੋ ਬੋਲਾ ਹੀ ਆ ਜੀ। ਠੀਕ ਆ ਠੀਕ ਆ, ਤੇ ਬਾਕੀ ਵੀਰ ਜੀ ਦੁੱਧ ਕਰੋਗੇ 15-16 ਕਿਲੋ ਕਰੋਗੇ, ਅੱਗੇ ਵੀ ਜਿੰਨਾ ਕੋਲ ਲਿਆਂਦੇ ਆਂਦੇ 16-17 ਕਿਲੋ ਦੁੱਧ ਕਰਦੀ ਰਹੀ। ਅੱਛਾ, ਪਿਛਲੇ ਸੂਏ ਵੀ ਤੇ ਐਕਟਿਵ ਮਨ ਦੀ ਸੇਵਾ ਸੁਆ ਘੱਟ ਹੋਈ, ਮੁੰਡੇ ਬਾਹਰ ਚਲ ਗਏ, ਜਿੰਨਾ ਕੋਲ ਲਈ ਆ। ਠੀਕ ਆ, ਹਾਂਜੀ ਠੀਕ ਆ, ਤੇ ਇਹ 16-17 ਲੀਟਰ ਚ ਵਾ ਜੂਗੀ। ਹਾਂ, 15 ਕਿਲੋ ਤੇ ਰਮਾਨਾ ਚ ਵਾਉਗੀ ਨਾ। ਆ ਆ ਵੇਖ ਸਕਦੇ ਆ, ਇੱਕ ਨਾ ਥਾਨ ਲੱਗੇ ਤੇ ਵੇਖ ਲਈ, ਥਾਨ ਬੜਾ ਪਿਆਰਾ ਵਾ। ਇਹ ਮੁੱਲ ਕਿੰਨਾ ਕਰਦੇ ਆ ਵੀਰ ਜੀ ਇਹਦਾ? ਮੁੱਲ ਵੀਰ ਜੀ ਜਾਇਜ਼ ਹੀ ਇਹਦਾ। ਕਿੰਨਾ ਹੈਗਾ ਜੀ? ਵੀਰ ਜੀ ਮੁੱਲ ਤੇ 30,000 ਕਰਦੇ ਆ। ਅੱਛਾ ਜੀ, 26,000 ਦੀ ਵੀਰ ਜੀ ਦੇ ਦਾਂਗੇ। ਉਹ ਚੋਂ ਮੌਕੇ ਤੇ ਮਾਨਤਾ ਨਾ ਹੋਊਗਾ? ਹਾਂਜੀ ਵੀਰ ਜੀ, ਫੁੱਲ ਮਾਨਤਾ ਨਾ ਹੋਊਗਾ। ਕਿੰਨਾ ਕਰ ਦੋਗੇ? 1,000 ਛੱਡ ਦਾਂਗੇ ਵੀਰ ਜੀ। ਠੀਕ ਹੈ ਜੀ ਠੀਕ ਹੈ, ਉਹਦੇ ਵਿੱਚ ਜੇ ਕੋਈ ਆ ਗਿਆ ਬਾਅਦ ਦੇ ਵਿੱਚ 25,000 ਚੋਂ ਵੀ ਹੋਊਗਾ ਮਾਨ? ਫਿਰ ਕੋਈ ਗੱਲ ਨਹੀਂ ਵੀਰ ਜੀ, ਜੇ ਕੋਈ ਮੰਗੂਗਾ ਤੇ ਕਰ ਲਾਂਗੇ, ਛੋੜ ਛਾੜ ਕਰ ਦਿਓ ਥੋੜੀ ਬਹੁਤ। ਠੀਕ ਹੈ ਜੀ, ਫੋਨ ਲਾ ਲਿਓ ਭਾਜੀ ਉਹਨਾਂ, ਜਾਇਜ਼ ਮੁੱਲ ਕੀਤਾ ਜੀ। ਆ ਵੇਖ ਸਕਦੇ ਆ ਵੈੜ ਚੰਗੀ ਤਰ੍ਹਾਂ ਚੈੱਕ ਕਰ ਲਓ, ਸਿੰਘ ਵੀ ਹੈਗਾ ਜੀ, ਆਹ ਸਿੰਘ ਲੱਗਾ ਜੀ। ਆ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਹੈ ਜੀ ਵੈੜ, ਬੜੀ ਸੋਹਣੀ ਹੈ ਵੀ, ਤੇ ਪ੍ਰਿੰਟ ਪ੍ਰੁੰਟ ਚੰਗਾ ਸੋਹਣਾ, ਕਰਮ ਵਾਲੀ ਦਾ ਫੇਸ ਫੂਸ ਵੇਖ ਲਓ, ਆਹ ਵੇਖ ਲਓ ਜੀ, ਥਣ ਵੀ ਵੇਖ ਲਓ ਇਹਦਾ, ਆਹ ਥਣ ਵੇਖੋ, ਠੰਡੀ ਸੀਲ ਹੈ ਜੀ ਵੀ, ਥਣ ਚੈੱਕ ਕਰੋ ਜੀ, ਆਹ ਵੇਖੋ ਥਣ ਬਿਲਕੁਲ ਠੰਡੀ ਧੀਰੀ ਆ, ਥੋੜਾ ਜਿਹਾ ਲਿਸਾ ਬਣਨਾ ਜੀ। ਇਹ ਗੱਬਣ ਵੈੜ ਆ? ਹਾਂਜੀ ਵੀਰ ਜੀ, ਇਹ ਗੱਬਣ ਹੈ। ਕਿੰਨੇ ਦਿਨ ਲਾ ਜੂਗੀ ਇਹ ਵੀਰ ਜੀ?
हफ्ते तो वाद ही खड़ूगी हले सूआ किनू आया था सूआ के जी तीजे सूए सुनी है कि सेवा नहीं हुई किसी को ते लिसी रह गई थोड़ी अच्छा जी हां जी ठीक है हुन तीजे सूए सुना है हां जी हां जी ते पहले सूयां दा दुध दा रिकॉर्ड की है दा दुध वीर जी पिछले सूए ते ने कढ्या 13-14 किलो अच्छा 13-14 किलो ते एर की चलो लिसी रह गई इना के ते कड्डूगी नॉर्मल सेवा जी 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 ठीक है सही मोले दा भी जारी करना ना आपां खोल के दिखावांगे पहला इनू आ वेखो जी प्रिंट प्रूंट चंगा खोल के दिखावे वीर जी इनू बाकी जगह दी थोड़ी जी प्रॉब्लम है आ वेखो जी गुलाबी नासा वाली वैड है जी तीजा सूआ हवाना देख लो दिन किन्ने दसे वीर जी दे दिन वीर जी 8-9 दिन लै जाने आ कमा लिया वीर कमा लिया बाकी कद उच्चा वा एदा भी चंगा वा सोहना वा ਤਾਂ ਮੁੱਲ ਇਹਦਾ ਵੀ ਜਾਇਜ਼ ਹੀ ਆ ਜੀ ਹਜੇ ਥੋੜ੍ਹੀ ਹੋਰ ਤਿਆਰ ਹੋ ਜੂਗੀ ਅਤੇ ਢੁੱਲਾਂ ਹੈਗੀਆਂ ਹਜੇ ਥੋੜ੍ਹੀਆਂ ਬਹੁਤੀਆਂ ਤਾਂ ਵੀਰ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਇਹ ਹੁਣ ਦੁੱਧ ਕਿੰਨਾ ਚਵਾਊ ਵੀਰ ਜੀ ਜਦੋਂ ਸੂ ਹੁਣ ਵੀਰ ਜੀ ਜ਼ਿਆਦਾ ਨਹੀਂ ਅਤੇ 14 ਕਿਲੋ ਤੇ ਚਵਾਊਗੀ ਠੀਕ ਆ 14 ਕਿਲੋ ਚਵਾ ਜੂਗੀ ਹਾਂਜੀ ਹਾਂਜੀ ਠੀਕ ਆ ਹਾਲੇ ਵੀਰ ਜੀ ਹਫ਼ਤਾ ਲੈ ਇਹਨਾਂ ਦੇ ਵਿੱਚ ਗਾਣੇ ਬੰਨ ਬਹੁਤ ਜਾਣਾ ਜੀ 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 ਅਤੇ ਇਹਦਾ ਮੁੱਲ ਕਿੰਨਾ ਕਰਦੇ ਵੀਰ ਜੀ ਮੋਲ ਵੀਰ ਜੀ ਆ ਜਾ ਮੋਲ ਤੇ 35000 ਕਰਦੇ ਆ ਅੱਛਾ ਜੀ 32 ਦੀ ਦੇ ਦਾਂਗੇ ਵੀਰ ਜੀ ਉਹ ਚੋਂ ਮੋਗੇ ਤੇ ਮਾਨਤਾਨ ਹੋ ਜਾਊਗਾ ਮਾਨਤਾਨ ਵੀਰ ਜੀ ਹੋਰ 1000 ਛੱਡ ਦਾਂਗੇ ਠੀਕ ਆ 31000 ਦੀ ਹਾਂਜੀ 31 ਦੀ ਠੀਕ ਆ ਜੀ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਜੇ ਕਿ ਇਹਨੂੰ ਜੋੜਾ ਪਸੰਦ ਆਇਆ ਤਾਂ ਵੀ ਆ ਵੈੜ ਕੋਈ ਛੋਟੀ ਨਹੀਂ ਆ ਨਹੀਂ ਵੱਡੀ ਆ ਪੂਰੀ ਵੱਡੀ ਆ ਜੀ ਬਾਕੀ ਮੂੰਹ ਕਰਕੇ ਵੇਖੋ ਇਹ ਨਹੀਂ ਕੋਈ ਆ ਕੇ ਬੁੱਢੜ ਥੋੜੀ ਕੀ ਸੇਵਾ ਨਹੀਂ ਹੋਈ ਵੀ ਚਲੋ ਉਹ ਵੱਖਰੀ ਗੱਲ ਆ ਆ ਵੇਖੋ ਜੀ ਦੰਦ ਦੁੰਦ ਵੇਖ ਲੋ ਜੀ मौके ਦੇ ਮਾਨਦਾਨ ਹੋ ਜਾਊਗਾ ਠੀਕ ਆ ਮੁੱਲ ਬਿਲਕੁਲ ਵੀਰ ਜੀ ਉਹਨਾਂ ਨੇ ਜਾਇਜ਼ ਕੀਤਾ ਫੋਨ ਲਾ ਲਿਓ ਵੀਰ ਜੀ ਉਹਨਾਂ ਨੂੰ ਸੂਆ ਆ ਦੇਖ ਸਕਦੇ ਆ ਜੀ ਵੈੜ ਤੋਕੜ ਵੈੜ ਆ ਵੇਖੋ ਇਸ ਟਾਈਮ ਤੇ 7 ਕਿਲੋ ਦੁੱਧ ਦੱਸਦਾ ਵੀ ਨਾ ਆ ਵੇਖੋ ਹਵਾਨਾ ਸੋਹਣਾ ਇਹਦਾ ਵੀ ਕਰਮ ਵਾਲੀ ਦਾ ਥਾਣ ਵੀ ਇੱਕੋ ਜਿਹਾ ਬਾਕੀ ਠੰਡੀ ਧੀਰੀ ਆ ਜੀ ਆਹ ਵਾਧਾ ਜੀ ਆ ਵੇਖੋ ਥਾਣ ਲੱਗ ਗਈ ਤੂੰ ਦੇਖ ਲਓ बिलकुल ठंडी कोई परवाह ही नहीं जिथे मर्जी बह के चोलो इन बाकी जर्सी आ जाती है ਇਹ ਥੋੜਾ ਬਹੁਤਾ ਦੁੱਧ ਵਧਾ ਦੂ ਵੀਰ ਜੀ ਹਾਂਜੀ ਵੀਰ ਜੀ ਦੁੱਧ ਵਧਾਉਗੇ ਲਿਖੋਗੇ ਆਪਣੇ ਕੋਲ ਕੱਲ ਹੀ ਆਈ ਹੈ ਅੱਛਾ ਕੱਲ ਹੀ ਆਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਨਹੀਂ ਬਣੀ ਬੁਣੀ ਨਹੀਂ ਵੀਰ ਜੀ ਨਹੀਂ ਵੀਰ ਜੀ ਬਣੀ ਨਹੀਂ ਹਲੇ ਆਪਾਂ ਝੂਠ ਨਹੀਂ ਮਾਰਨਾ ਠੀਕ ਹੈ ਠੀਕ ਹੈ ਹਾਂਜੀ ਸਹੀ ਹੈ ਤੇ ਦੁੱਧ 7 ਕਿਲੋ ਤੋਂ ਵਾਧੂ ਹੋਣਾ ਕਿ ਨਹੀਂ ਹਾਂਜੀ ਵੀਰ ਜੀ ਦੁੱਧ ਕਰੋਗੇ ਕਹੋਗੇ 2 ਕਿਲੋ ਦਾ ਫਰਕ ਉਦਾਂ ਪੈ ਜਾਂਦਾ ਮਤਲਬ ਵੀ ਹੁਣ ਤੁਹਾਨੂੰ ਪਤਾ ਪੱਠਾ ਪੁੱਠਾ ਨਹੀਂ ਹੈਗਾ ਜੀ 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 ਹਾਂਜੀ ਠੀਕ ਹੈ ਤੇ ਮੁੱਲ ਕਿੰਨਾ ਹੈਗਾ ਵੀਰ ਮੁੱਲ ਵੀਰ ਜੀ ਇਹਦਾ ਜਾਇਜ਼ ਹੀ ਆ ਅੱਛਾ ਬਿਲਕੁਲ ਜਾਇਜ਼ ਆ ਹਾਂਜੀ ਕਿੰਨਾ ਕਾ ਮੁੱਲ ਵੀਰ ਜੀ 17 ਕਰਦੇ ਜੀ ਅੱਛਾ 17000 ਹਾਂਜੀ 15 ਦੀ ਦੇ ਦਾਂਗੇ ਵੀਰ ਜੀ ਠੀਕ 15000 ਦੀ ਮੌਕੇ ਤੇ ਹੋਰ ਮਾਨਤਾਨ ਹੋ ਜਾਊਗਾ ਵੀਰ ਜੀ ਕਿੰਨਾ ਕਰ ਦੋਗੇ
ਕਰ ਦਾਂਗੇ ਜਿੰਨਾ ਵੀ ਰਹੂਗਾ ਠੀਕ ਹੈ ਬਾਕੀ ਫੋਨ ਲਾ ਲਿਓ 15 ਜੋ ਮਾਨਦਾਨ ਹੋ ਜਾਊਗਾ 7 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਉਹਦੇ ਕੋਲ ਹਾਂਜੀ ਵੀਰ ਠੀਕ ਹੈ ਬਾਕੀ ਕੋਈ ਵੀ ਦੋ ਟਾਈਮ ਵੀ ਜਿਹੜਾ ਮੱਛੀ ਚਵਾ ਕੇ ਖੜੇ ਆ ਤਸੱਲੀ ਕਰਕੇ ਆਪਣੀ ਜੀ ਜੀ ਹਾਂਜੀ ਬਾਕੀ ਜਿਹਨੇ ਪੈਸੇ ਖਰਚਣੇ ਆ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਚੈੱਕ ਕਰੋ ਆ ਦੇਖ ਸਕਦੇ ਹੋ ਸੀਰ ਦਾ ਆ ਵੀ ਠੰਡੀ ਸੀਰ ਆ ਆ ਗੱਬਣ ਵੈੜਾ ਦੇ ਇੱਕ ਤੋਕੜਾ ਜੀ ਤੇ ਵੀਰ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ।